ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿਖੇ ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ ਐਕਸ਼ਨ ਕਮੇਟੀ ਦੇ ਆਗੂ ਸ਼ਾਨ ਹੈਦਰ ਵੱਲੋਂ CAA ਕਾਲੇ ਕਾਨੂੰਨ ਦੇ ਖਿਲਾਫ਼ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਗੱਲ ਕੀਤੀ। ਉਹਨਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵਾਸ ਪ੍ਰਗਟਾਉਂਦੇ ਮੁਸਲਿਮ ਭਾਈਚਾਰੇ ਦੇ ਨਾਲ ਇਸ ਕਾਲੇ ਕਾਨੂੰਨ ਦੇ ਖਿਲਾਫ਼ ਸਹਿਯੋਗ ਦੀ ਗੱਲ ਆਖੀ ਹੈ। ਇੱਕ 100 ਤੋਂ ਵੱਧ ਲੋਕਾਂ ਦਾ ਜੱਥਾ ਅਕਾਲ ਤਖਤ ਸਾਹਿਬ ਦੇ ਵਿੱਚ ਇਸ ਕਾਲੇ ਕਾਨੂੰਨ ਦੇ ਖਿਲਾਫ਼ ਬੇਨਤੀ ਲੈ ਕੇ ਆਇਆ ਕਿ ਅਕਾਲ ਤਖਤ ਸਾਹਿਬ ਜਿਵੇਂ ਸ਼ੁਰੂ ਤੋਂ ਹੀ ਸਾਡੀ ਨੁਮਾਇੰਦਗੀ ਕਰਦਾ ਆਇਆ ਸਮਾਜ ਦੀ, ਅਸੀਂ ਉਮੀਦ ਕਰਦੇ ਹਾਂ ਕਿ ਇਸ ਕਾਲੇ ਕਾਨੂੰਨ ਉੱਪਰ ਵੀ ਆਪਣੀ ਪ੍ਰਤੀਕਿਰਿਆ ਦੇਣ ਔਰ ਇਹਦੇ ਉੱਪਰ ਆਪਣਾ ਪੱਖ ਪੇਸ਼ ਕਰਨ। ਇਸੇ ਤਰ੍ਹਾਂ ਪਾਕਿਸਤਾਨ ਜਿਹੜਾ ਕਿ ਮੁਸਲਿਮ ਦੇਸ਼ ਆ, ਉਹਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਨਾਲ ਜੋ ਕੁਝ ਕੀਤਾ ਜਾ ਰਿਹਾ, ਭਾਰਤੀ ਨੇ ਅਗਰ ਉਹ ਜਾਣਾ ਚਾਹੁੰਦੇ ਤਾਂ ਟੂ ਨੇਸ਼ਨ ਥਿਊਰੀ ਦੀ ਸਪੋਰਟ ਕਰਦੇ, ਮੁਹੰਮਦ ਅਲੀ ਜਿਨ੍ਹਾਂ ਦੀ ਟੂ ਨੇਸ਼ਨ ਥਿਊਰੀ ਦੀ ਸਪੋਰਟ ਕਰਦੇ ਔਰ ਆਪਣੀ ਚੋਇਸ ਨਾਲ ਪਾਕਿਸਤਾਨ ਚਲੇ ਜਾਂਦੇ। ਅਸੀਂ ਪਾਕਿਸਤਾਨ ਦੇ ਲੱਤ ਮਾਰੀ ਭਾਰਤ ਨੂੰ ਪਸੰਦ ਕੀਤਾ ਤੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਔਰ ਇੱਥੇ ਰਹੇ। ਸਾਡੇ ਨਾਲ ਸਾਡੀ ਗੱਲ ਹੋਈ ਜਥੇਦਾਰ ਸਾਹਿਬ ਨਾਲ, ਉਹਨਾਂ ਨੂੰ ਕਿਸੇ ਐਮਰਜੈਂਸੀ ਕੰਮ ਦੇ ਕਾਰਨ ਕਿਸੇ ਕੋਈ ਭੋਗ ਵੀ ਸੀ, ਉਹਨਾਂ ਨੂੰ ਚੰਡੀਗੜ੍ਹ ਜਾਣਾ ਪਿਆ ਤੇ ਉਹਨਾਂ ਦੇ ਦੋ ਸਕੱਤਰ ਜਸਪਾਲ ਸਿੰਘ ਜੀ ਤੇ ਸ਼ਾਇਦ ਰਣਜੀਤ ਸਿੰਘ ਜੀ, ਉਹਨਾਂ ਨੇ ਦੋ ਨਾਮ ਰਿਕਮੈਂਡ ਕੀਤੇ ਨੇ ਵੀ ਉਹਨਾਂ ਨੂੰ ਆਪਣਾ ਮੰਗ ਪੱਤਰ ਦਿਓ ਤੇ ਤੁਹਾਡੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਤਜ਼ਕਰਾ ਉਹਨਾਂ ਦੇ ਨਾਲ ਕਰੋ। ਠੀਕ ਜੀ, ਮੁਸਲਮਾਨਾਂ ਵੱਲੋਂ ਕੀ ਮੰਗ ਪੱਤਰ ਦਿੱਤਾ ਗਿਆ ਤੁਹਾਨੂੰ? ਇਹ ਜੁਆਇੰਟ ਐਕਸ਼ਨ ਕਮੇਟੀ ਬਣੀ ਹੈ ਅਹਿਮਦਗੜ੍ਹ ਦੀ ਮੁਸਲਮਾਨ ਭਾਈਚਾਰੇ ਦੀ। ਇਹਨਾਂ ਨੇ ਮੰਗ ਪੱਤਰ ਦੇ ਵਿੱਚ ਇਹ ਲਿਖਿਆ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਕੁਛ ਦਿਨ ਪਹਿਲਾਂ ਹੀ CAA ਕਾਨੂੰਨ ਜਿਹੜਾ ਪਾਸ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਜਥੇਦਾਰ ਸਾਹਿਬ ਕੋਲੋਂ ਉਹਨਾਂ ਨੇ ਅਗਵਾਈ ਦੀ ਮੰਗ ਕੀਤੀ ਆ। ਸਿੰਘ ਸਾਹਿਬ ਨੇ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਮੁਸਲਮਾਨ ਭਾਈਚਾਰੇ ਨੂੰ ਵੀ ਬੰਦਾ ਜਿਹੜਾ ਇੱਥੇ ਭਾਰਤ ਦੇ ਵਿੱਚ ਹੱਕ ਮਿਲਣਾ ਚਾਹੀਦਾ, ਅਤੇ ਅਗਾਂਹ ਕਿਸ ਤਰ੍ਹਾਂ ਦੀ ਰਣਨੀਤੀ ਹੋਏਗੀ? ਸਿੰਘ ਸਾਹਿਬ ਜੀ ਦਾ ਮੈਂ ਉਹਨਾਂ ਨੂੰ ਜਨਮ ਕਰਵਾਤਾ ਮੰਗ ਪੱਤਰ ਤੋਂ, ਉਹਨਾਂ ਦਾ ਆਦੇਸ਼ ਹੈ ਕਿ ਇਹਨਾਂ ਨੂੰ ਵਿਸ਼ਵਾਸ ਦਿਓ ਕਿ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।